ਸਾਬਕਾ ਟਰਾਂਸਪੋਰਟ ਵਿਭਾਗ ਲਗਾਤਾਰ ਐਕਸ਼ਨ ਮੋਡ ਦੇ ਵਿੱਚ ਹੈ ਜਿਨ੍ਹਾਂ ਵੱਲੋਂ ਉਹਨਾਂ ਟਰਾਂਸਪੋਰਟਰਾਂ ਉੱਤੇ ਸ਼ਿਕੰਜਾ ਕੱਸਿਆ ਜਾ ਰਿਹਾ ਹੈ ਜੋ ਸਰਕਾਰ ਨੂੰ ਟੈਕਸ ਅਦਾ ਕਰਨ 'ਚ ਚੂਨਾ ਲਗਾ ਰਹੇ ਨੇ ਜਿਸ ਦੇ ਚੱਲਦਿਆਂ ਫਗਵਾੜਾ ਵਿਖੇ ਵੀ ਟਰਾਂਸਪੋਰਟ ਮੰਤਰੀ ਦੇ ਆਦੇਸ਼ਾਂ ਤਹਿਤ ਪੀਆਰਟੀਸੀ ਦੇ ਅਧਿਕਾਰੀਆਂ ਵੱਲੋਂ ਬੱਸਾਂ ਦੀ ਚੈਕਿੰਗ ਕੀਤੀ ਗਈ। ਇਸ ਮੌਕੇ ਪੀਆਰਟੀਸੀ ਦੇ ਅਧਿਕਾਰੀ ਪ੍ਰਵੀਨ ਕੁਮਾਰ ਨੇ ਕਿਹਾ ਕਿ ਅਗਰ ਜਿਹੜੀਆਂ ਬੱਸਾਂ ਬਿਨਾਂ ਟੈਕਸ ਤੋਂ ਪਾਈਆਂ ਗਈਆਂ ਉਸ ਤੇ ਸਖ਼ਤ ਐਕਸ਼ਨ ਲਿਆ ਜਾਵੇਗਾ। ਨਾਮ ਤੁਹਾਡਾ ਜੀ? ਪ੍ਰਵੀਨ ਕੁਮਾਰ। ਪ੍ਰਵੀਨ ਜੀ, ਕਿਹੜੇ ਮਹਿਕਮੇ ਤੋਂ ਆਏ ਹੋ? ਪੀਆਰਟੀਸੀ। ਕੀ ਮਾਮਲਾ, ਤੁਸੀਂ ਅੱਜ ਫਗਵਾੜਾ ਬੱਸ ਸਟੈਂਡ ਤੇ ਆਏ ਆ? ਮਾਨਯੋਗ ਟਰਾਂਸਪੋਰਟ ਮੰਤਰੀ ਸਾਹਿਬ ਦੇ ਆਦੇਸ਼ਾਂ ਅਨੁਸਾਰ ਜੀਐਮ ਨੂੰ ਜੋ ਨਵੀਆਂ ਪਾਵਰਾਂ ਦਿੱਤੀਆਂ ਗਈਆਂ ਹਨ ਬੱਸ ਸਟੈਂਡ ਦੇ ਅਧੀਨ 520 ਮੀਟਰ ਆਉਂਦੇ ਏਰੀਏ ਵਿੱਚ ਚੈਕਿੰਗ ਦੀਆਂ, ਪੈਸੰਜਰ ਬੱਸਿਸ ਦੀ ਚੈਕਿੰਗ ਦੀਆਂ, ਉਸ ਚੈਕਿੰਗ ਦਾ ਹਿੱਸਾ ਆਪਾਂ ਬਣਨ ਆਏ ਹਾਂ। ਅੱਜ ਮੁਹਿੰਮ ਆਪਾਂ ਸ਼ੁਰੂ ਕੀਤੀ ਹੈ ਫਗਵਾੜੇ ਅੱਡੇ ਤੋਂ, ਉਸ ਤਹਿਤ ਆਪਾਂ ਬੱਸਾਂ ਦੇ ਪਰਮਿਟ ਅਤੇ ਇਹਨਾਂ ਦੇ ਟੈਕਸਿਸ ਵਗੈਰਾ ਜੇ ਕੋਈ ਡਿਊ ਹੈ ਉਹ ਚੈਕਿੰਗ ਕਰਦੇ ਹਾਂ। ਕਿੰਨੀਆਂ ਕੁ ਬੱਸਾਂ ਦੀ ਚੈਕਿੰਗ ਕੀਤੀ ਗਈ ਤੁਹਾਡੇ ਕੋਲ ਫਗਵਾੜਾ ਬੱਸ ਸਟੈਂਡ 'ਤੇ ਅੱਜ? ਅਜੇ ਸ਼ੁਰੂ ਕੀਤੀ ਹੈ ਜੀ, 6-7 ਬੱਸਾਂ ਦੀ ਚੈਕਿੰਗ ਕਰੀ ਹੈ, ਮੁਹਿੰਮ ਚੱਲ ਰਹੀ ਹੈ ਅਤੇ ਲਗਾਤਾਰ ਆਉਂਦੇ ਦਿਨਾਂ 'ਚ ਵੀ ਲਗਾਤਾਰ ਚੱਲਦੀ ਰਹੇਗੀ। ਅਤੇ ਕੀ ਨਿਕਲਿਆ ਬੱਸਾਂ ਦੇ ਵਿੱਚ, ਕੀ ਪਰਮਿਟ ਵਗੈਰਾ ਪੇਪਰ ਡਾਕੂਮੈਂਟ ਪੂਰੇ ਨਿਕਲੇ? ਪਰਮਿਟ ਵੈਲਿਡ ਪਾਏ ਗਏ ਨੇ ਹਜੇ ਤੱਕ ਸਾਰੀ ਬੱਸਾਂ ਦੇ। ਜਿੱਥੇ ਕਿਤੇ ਡਿਸਕ੍ਰਿਪੈਂਸੀ ਮਿਲਦੀ ਆ ਕੋਈ ਬਿਨਾਂ ਪਰਮਿਟ ਤੋਂ ਜਾਂ ਬਿਨਾਂ ਟੈਕਸ ਤੋਂ ਚੱਲਦੀ ਹੈ ਉੱਥੇ ਪ੍ਰੋਪਰ ਐਕਸ਼ਨ ਕੀਤਾ ਜਾਵੇ। ਇਹਦੇ ਲਈ ਜਿਵੇਂ ਦੇਖਿਆ ਗਿਆ ਕਿ ਕੁਛ ਪੀਆਰਟੀਸੀ ਦੇ ਰੋਡਵੇਜ਼ ਦੇ ਜੋ ਰੂਟ ਹੈ ਬੰਦ ਪਏ ਹੈ, ਜਨਤਾ ਨੂੰ ਪਰੇਸ਼ਾਨੀ, ਇਹਦੇ ਲਈ ਤੁਹਾਡੇ ਵੱਲੋਂ ਕੀ ਉਪਰਾਲਾ ਕੀਤਾ ਜਾ ਰਿਹਾ? ਜਨਤਾ ਦੇ ਰੂਟ ਵੱਧੋ ਵੱਧ ਚਲਾਏ ਗਏ ਨੇ, ਕਿਸੇ ਸਮੇਂ ਨਾਲ ਕਿਸੇ ਵਜ੍ਹਾ ਨਾਲ ਬੰਦ ਸੀ, ਉਹਨਾਂ 'ਤੇ ਪੂਰਾ ਹੁਣ ਉਪਰਾਲਾ ਕੀਤਾ ਜਾ ਰਿਹਾ। ਸਰਕਾਰ ਵੱਲੋਂ ਨਵੇਂ ਬੱਸਾਂ ਪਾਉਣ ਦਾ ਉਪਰਾਲਾ ਜਿਹੜਾ ਹੈ ਉਹ ਐਸੇ ਹੀ ਵਾਸਤੇ ਕੀਤਾ ਜਾਂਦਾ ਕਿ ਬੰਦ ਪਏ ਰੂਟ ਹੈ ਜਿਹੜੇ ਉਹ ਫਿਰ ਤੋਂ ਚੱਲ। ਇੱਕ ਚੀਜ਼ ਦੇਖਣ ਨੂੰ ਮਿਲੀ ਹੈ, ਕੁਛ ਇੱਕ ਬੱਸ ਆਪਰੇਟਰ ਪ੍ਰਾਈਵੇਟ ਜੋ ਆ ਕਿਰਾਇਆ ਵੱਧ ਵਸੂਲ ਰਿਹਾ ਜਲੰਧਰ ਦਾ, ਅਤੇ ਅਗਰ ਸ਼ਿਕਾਇਤ ਆਉਂਦੀ ਹੈ ਤੁਹਾਡੇ ਵੱਲੋਂ ਕੀ ਕਾਰਵਾਈ ਹੈ ਇਹਦੀ? ਦੇਖੋ, ਇਹਦੇ ਵਾਸਤੇ ਆਰ ਟੀ ਆਈ ਸਾਹਿਬ ਕੰਪੀਟੈਂਟ ਸੀਗੇ ਅੱਜ ਤੱਕ ਅਥਾਰਟੀ ਸੀ ਉਹਨਾਂ ਕੋਲ ਚੈੱਕ ਕਰਨ ਦੀ, ਸਾਨੂੰ ਵੀ ਆਰ ਟੀ ਆਈ ਤੋਂ ਬਾਅਦ ਕੋਈ ਸ਼ਿਕਾਇਤ ਆਉਂਦੀ ਹੈ ਪ੍ਰੋਪਰ ਬਣਦਾ ਉਹਨਾਂ 'ਤੇ ਕਾਨੂੰਨੀ ਕਾਰਵਾਈ ਕੀਤੀ ਜਾਂਦੀ। ਫਗਵਾੜਾ ਤੋਂ ਜਸ ਸ਼ਰਮਾ ਦੀ ਰਿਪੋਰਟ। ਦੁਬਈ ਵਿੱਚ ਕੁੱਕ, ਨੈਨੀ, ਕਲੀਨਰ ਅਤੇ ਘਰ ਦਾ ਕੰਮ ਕਰਨ ਲਈ ਕੁੜੀਆਂ ਤੇ ਮੁੰਡਿਆਂ ਦੀ ਲੋੜ, 20 ਤੋਂ 50 ਸਾਲ ਦੀ ਉਮਰ ਦੇ ਲੋਕ ਉਠਾ ਸਕਦੇ ਇਹ ਫਾਇਦਾ। ਟੈਨਸ਼ਨ ਨਾ ਲਓ, ਹਰ ਮਹੀਨੇ ਮਿਲੇਗੀ 23,000 ਤੋਂ 25,000 ਰੁਪਏ ਤਨਖਾਹ, ਰਹਿਣਾ ਸਹਿਣਾ ਖਾਣਾ ਪੀਣਾ ਸਭ ਹੋਵੇਗਾ ਕੰਪਨੀ ਵੱਲੋਂ। ਇਹੀ ਨਹੀਂ, ਸਕਿਲਡ ਅਤੇ ਲੇਬਰ ਦੇ ਕੰਮ ਤੋਂ ਇਲਾਵਾ ਦੁਬਈ ਦੇ ਟੂਰ ਪੈਕੇਜ ਵੀ ਉਪਲਬਧ, ਵੀਜ਼ਾ ਤੇ ਟਿਕਟ ਲਈ ਵੀ ਖਾਸ ਪ੍ਰਬੰਧ। ਵਧੇਰੇ ਜਾਣਕਾਰੀ ਲਈ ਹੁਣੇ ਸੰਪਰਕ ਕਰੋ 6284327737।